वेलकम बैक मैं मनवीर कौर हाजिर एक नई वीडियो रिपोर्ट लेके और आज दी वीडियो ਦੇ ਵਿੱਚ ਮੈਂ ਗੱਲ ਕਰਾਂਗੀ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਦੇ ਉੱਤੇ ਇੱਕ ਨਵੀਂ ਅਪਡੇਟ ਹੈ ਕਿ ਪੰਜਾਬ ਚੀਫ ਮਿਨਿਸਟਰ ਐਂਡ ਹਰਿਆਣਾ ਚੀਫ ਮਿਨਿਸਟਰ ਦੀ ਬੈਠਕ ਹੋਈ ਹੈ ਫੇਸ ਟੂ ਫੇਸ بیٹھ ਕੇ ਉਹਨਾਂ ਦੀ ਜੋ एसवाईएल ਨਹਿਰ ਨੂੰ ਲੈ ਕੇ ਗੱਲਬਾਤ ਹੋਈ ਹੈ ਇਸ ਵੀਡੀਓ ਦੇ ਵਿੱਚ ਖਾਸ ਤੌਰ ਤੇ ਗੱਲ ਕਰਾਂਗੇ ਕਿਉਂਕਿ ਪੰਜਾਬੀਆਂ ਨੂੰ ਐਵੇਂ ਲੱਗਦਾ ਹੈ ਕਿ एसवाईएल ਨਹੀਂ ਬਣਨ ਦੇਣੀ ਕਿਉਂ ਨਹੀਂ ਬਣਨ ਦੇਣੀ ਕਿਉਂਕਿ ਇਹਦੇ ਨਾਲ ਪੰਜਾਬ ਦਾ ਪਾਣੀ ਹਰਿਆਣੇ ਨੂੰ ਚਲਾ ਜਾਏਗਾ ਪਰ ਅਸਲੀਅਤ ਇਹ ਹੈ ਸਚਾਈ ਇਹ ਹੈ ਕਿ ਆਲਰੇਡੀ ਹੀ ਹਰਿਆਣੇ ਨੂੰ ਇਨਫ ਪਾਣੀ ਜਿੰਨਾ ਉਹਨੂੰ ਅਲੋਟਡ ਹੈ ਉਹ ਜਾ ਰਿਹਾ ਹੈ ਨਾਲ ਹੀ ਗੱਲ ਕਰਾਂਗੇ ਕਿ ਸੁਪਰੀਮ ਕੋਰਟ ਦਾ ਰੁਖ ਕੀ ਹੈ ਸੁਪਰੀਮ ਕੋਰਟ ਦੇ ਫੈਸਲੇ ਹਰਿਆਣਾ ਦੇ ਪੱਖ ਦੇ ਵਿੱਚ ਕਿਵੇਂ ਆਏ ਨੇ ਤੇ ਉਸ ਤੋਂ ਬਾਅਦ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀਆਂ ਨੇ ਕਿਵੇਂ ਸੁਪਰੀਮ ਕੋਰਟ ਦੇ ਫੈਸਲਿਆਂ ਨਾਲ ਡੀਲ ਕੀਤਾ ਔਰ ਆਖਰ ਚ ਗੱਲ ਕਰਾਂਗੇ ਕਿ ਕੀ ਰਿਹਾ ਅੱਜ ਦੀ ਮੀਟਿੰਗ ਦੇ ਵਿੱਚ ਔਰ ਅੱਗੇ ਆਉਣ ਵਾਲਾ ਭਵਿੱਖ ਦੇ ਵਿੱਚ ਹੁਣ ਕੀ ਐਂਟੀਸੀਪੇਸ਼ਨ ਆਪਾਂ ਲਗਾ ਸਕਦੇ ਹਾਂ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਕਿ ਜਿਹੜੀ ਮੀਟਿੰਗ ਹੋਈ ਆ ਇਹ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਉੱਤੇ ਹੋਈ ਆ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇਹ ਜਿਹੜਾ ਪਾਣੀ 'ਚ ਮਦਾਨੀ ਪਾਉਣ ਵਾਲਾ ਮਸਲਾ ਬਣਿਆ ਪਿਆ ਐ S Y L ਦਾ ਇਹ ਸੁਪਰੀਮ ਕੋਰਟ ਦੇ ਵਿੱਚ ਬਣਿਆ ਹੋਇਆ ਹੈ ਸੁਪਰੀਮ ਕੋਰਟ ਦੇ ਆਦੇਸ਼ ਨੇ ਦੋ ਵਾਰੀ ਸੁਪਰੀਮ ਕੋਰਟ ਦਾ ਫੈਸਲਾ 2002 ਅਤੇ 2004 ਦੇ ਵਿੱਚ ਹਰਿਆਣਾ ਦੇ ਪੱਖ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਗਿਆ ਆ ਸੁਪਰੀਮ ਕੋਰਟ ਨੇ ਕਿਹਾ ਕਿ S Y L ਨਰ ਬਣਨੀ ਚਾਹੀਦੀ ਹੈ ਸੁਪਰੀਮ ਕੋਰਟ ਦੇ ਵਿੱਚ 6 ਸਤੰਬਰ ਦੀ ਜਿਹੜੀ ਤਰੀਕ ਸੀ ਪਿਛਲੇ ਮਹੀਨੇ ਉਹਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਉਹਦੀ ਵੀਡੀਓ ਇੱਕ ਅਲੱਗ ਮੌਜੂਦ ਹੈ ਸੋ ਮੈਂ ਆਈ ਕਾਰਟ ਚ ਵੀ ਪਾਉਣ ਦੀ ਕੋਸ਼ਿਸ਼ ਕਰਾਂਗੀ ਜਾਂ ਡਿਸਕ੍ਰਿਪਸ਼ਨ ਚ ਮੈਂ ਨੀਚੇ ਲਿੰਕ ਦੇ ਦਾਂਗੀ ਉਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਗਲੇ 4 ਮਹੀਨਿਆਂ ਦੇ ਵਿੱਚ ਤੁਸੀਂ ਆਪਣੀਆਂ ਮੀਟਿੰਗਸ ਕਰੋ ਔਰ ਜੋ ਪ੍ਰੋਗਰੈਸ ਰਿਪੋਰਟ ਆ ਉਮਰੀਮ ਕੋਰਟ ਨੂੰ ਸਬਮਿਟ ਕੀਤੀ ਜਾਣੀ ਚਾਹੀਦੀ ਹੈ ਸੁਪਰੀਮ ਕੋਰਟ ਦਾ ਰੁਖ ਕਿਹੜੇ ਪਾਸੇ ਨੂੰ ਹੈ ਅਗਰ ਇਸ ਗੱਲ ਨੂੰ ਆਪਾਂ ਸਮਝਣਾ ਹੋਵੇ ਤਾਂ 6 ਸਪਟੈਂਬਰ ਵਾਲੀ ਜਿਹੜੀ ਤਰੀਕ ਸੀਗੀ ਉਹਦੇ ਵਿੱਚ ਜੋ ਸੁਪਰੀਮ ਕੋਰਟ ਦੇ ਵਿੱਚ ਗੱਲਾਂ ਸੀ ਔਰ ਜੋ ਉਸ ਬੈਂਚ ਦਾ ਕਹਿਣਾ ਸੀ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇੱਕ ਤਾਂ ਇਹ ਹੀ ਹੋ ਗਿਆ ਕਿ ਸੁਪਰੀਮ ਕੋਰਟ ਕਹਿੰਦੀ ਪਾਣੀ ਇੱਕ ਕੁਦਰਤੀ ਸਰੋਤ ਹੈ ਔਰ ਇਹਨੂੰ ਵੰਡਣ ਲੱਗੇ ਵੀ ਮਸਟ ਸ਼ੇਅਰ ਆਪਣਾ ਜੋ ਕੁਦਰਤੀ ਸਰੋਤ ਪਾਣੀ ਹੈਗਾ ਸੋ ਇਹਦੇ ਤੇ ਕਾਫੀ ਤਿੱਖਾ ਪ੍ਰਤੀਕਰਮ ਆਇਆ ਸੀ ਕਿਉਂਕਿ ਬਾਕੀ ਸੂਬਿਆਂ ਦੇ ਕੋਲ ਹੋਰ ਬਹੁਤ ਤਰ੍ਹਾਂ ਦੇ ਕੁਦਰਤੀ ਸਰੋਤ ਆ ਉਹ ਤਾਂ ਵੰਡੇ ਨਹੀਂ ਜਾਂਦੇ ਇਸ ਤਰ੍ਹਾਂ ਦੇ ਆਰਗੂਮੈਂਟਸ ਜਿਹੜੇ ਆ ਪੰਜਾਬ ਦੇ ਵਿੱਚੋਂ ਉੱਭਰੇ ਸੀ ਦੂਸਰੀ ਗੱਲ ਸੁਪਰੀਮ ਕੋਰਟ ਨੇ ਜੋ ਅਗਲੀ ਕਹੀ ਸੀ ਜਿਹਦੇ ਚੋਂ ਆਪਾਂ ਸੁਪਰੀਮ ਕੋਰਟ ਦਾ ਰੁਖ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ ਉਹ ਕਹੀ ਸੀ ਕਿ ਸੁਪਰੀਮ ਕੋਰਟ ਨੇ ਐਮਫਸਾਈਜ਼ ਕੀਤਾ 2020 ਤੋਂ ਬਾਅਦ ਹੀ ਕਿ ਜਿਹੜੀ ਪੰਜਾਬ ਔਰ ਹਰਿਆਣਾ ਜਿਹੜਾ ਜਿਨ੍ਹਾਂ ਦਾ ਡਿਸਪਿਊਟ ਚੱਲਦਾ ਪਾਣੀ ਨੂੰ ਲੈ ਕੇ ਉਹਨਾਂ ਨੂੰ ਆਪਸ ਦੇ ਵਿੱਚ ਬੈਠ ਕੇ ਦੋਸਤਾਨਾ ਐਮੀਕੇਬਲ ਇੱਕ ਸੋਲੂਸ਼ਨ 네ਗੋਸ਼ੀਏਸ਼ਨ ਇੱਕ ਕੰਪਰੋਮਾਈਜ਼ ਤੇ ਪਹੁੰਚਣਾ ਚਾਹੀਦਾ ਔਰ ਨਾਲ ਹੀ ਸੁਪਰੀਮ ਕੋਰਟ ਨੇ ਇਸੇ ਦੇ ਸੰਦਰਭ ਚ ਇੱਕ ਗੱਲ ਕਹੀ ਸੀ ਕਿ ਦੋਨਾਂ ਸਟੇਟਸ ਦੇ ਮੁੱਖ ਮੰਤਰੀ ਇਸ ਗੱਲ ਤੋਂ ਜਾਣੂ ਹੋਣਗੇ ਕਿ ਕਿੰਨੀਆਂ ਸਿਕਿਉਰਿਟੀ ਕੰਸਰਨ ਜਿਹੜੇ ਨੇ ਉਹ ਉੱਭਰ ਸਕਦੇ ਨੇ ਜਦੋਂ ਐਦਾਂ ਦੇ ਮਸਲੇ ਹੋਣ ਔਰ ਇਨ੍ਹਾਂ ਮਸਲਿਆਂ ਦੇ ਵਿੱਚ ਕੋਈ ਤੀਸਰੀ ਪਾਰਟੀ ਜਾਂ ਕੋਈ ਹੋਰ ਆਪਣਾ ਫਾਇਦਾ ਕਿਵੇਂ ਉਠਾ ਸਕਦਾ ਔਰ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਸ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਹੀ ਦੋਨਾਂ ਪਾਰਟੀਆਂ ਮੀਨਸ ਦੋਨਾਂ ਚੀਫ ਮਿਨਿਸਟਰਸ ਨੂੰ ਆਪਸ ਚ ਬਹਿ ਕੇ ਇਸ ਨੇਗੋਸ਼ੀਏਸ਼ਨ ਦੇ ਵਿੱਚ ਪੈਣਾ ਚਾਹੀਦਾ ਔਰ ਇਹਦੀਆਂ ਰੈਮੀਫਿਕੇਸ਼ਨਸ ਨੂੰ ਰੀਚ ਕਰਨਾ ਚਾਹੀਦਾ ਰੈਮੀਫਿਕੇਸ਼ਨ ਵਰਡ ਆਪਾਂ ਉਦੋਂ ਯੂਜ਼ ਕਰਦੇ ਆ ਕਿਉਂਕਿ ਕਈ ਵਾਰੀ ਇਦਾਂ ਦੀਆਂ ਸਰਕਮਸਟੈਂਸਿਸ ਦੇ ਵਿੱਚ ਸਰਕਮਸਟੈਂਸਿਸ ਅਮਰਜ ਹੁੰਦੀਆਂ ਨੇ ਜਿਹੜੀਆਂ ਜਿਹੜੀਆਂ ਨੂੰ ਲੋਕ ਬਹੁਤ ਇੱਕ ਤਰ੍ਹਾਂ ਦੇ ਨਾਲ ਨਿੱਗੇ ਸਵਾਗਤ ਦੇ ਨਾਲ ਉਹਨਾਂ ਨੂੰ ਨਹੀਂ ਲੈਂਦੇ ਹੈਗੀਆਂ ਖੁੱਲੀਆਂ ਬਾਹਾਂ ਨਾਲ ਸਵੀਕਾਰ ਨਹੀਂ ਕਰਦੇ ਪਰ ਉਹ ਰੈਮੀਫਿਕੇਸ਼ਨਸ ਹੁੰਦੀਆਂ ਨੇ ਉੱਬਰਦੀਆਂ ਨੇ ਔਰ ਇਹੋ ਜਿਹੇ ਮਸਲਿਆਂ ਦੇ ਵਿੱਚ ਇੱਕ ਇੱਕ ਜ਼ਾਹਿਰ ਜੀ ਗੱਲ ਹੈ ਕਿ ਆ ਸਕਦੀਆਂ ਨੇ एसवाईएल ਤੇ ਪਹਿਲਾਂ ਵੀ ਆਪਾਂ ਜਾਣਦੇ ਆ ਇੱਕ ਖੂਨੀ ਇਤਿਹਾਸ ਵੀ ਇਹਦੇ ਨਾਲ ਜੁੜਿਆ ਹੋਇਆ ਹੈ ਸਪਰੀਮ ਕੋਰਟ ਦੇ ਦੋ ਹੁਕਮ ਸੀ ਪਹਿਲਾ ਜਿਹੜੇ ਹਰਿਆਣਾ ਦੇ ਪੱਖ ਦੇ ਵਿੱਚ ਗਏ ਆਪਾਂ ਕਹਿ ਸਕਦੇ ਆ ਜਾਂ ਸਿੱਧਾ ਜਿਹਾ ਕਹੀਏ ਕਿ ਸੁਪਰੀਮ ਕੋਰਟ ਦੇ ਆਰਡਰ ਸੀ ਕਿ ਐਸਵਾਈਐਲ ਨਹਿਰ ਬਣਨੀ ਚਾਹੀਦੀ ਆ ਦੋ ਆਰਡਰ ਆਈ ਸੀ ਸਭ ਤੋਂ ਪਹਿਲਾ ਆਰਡਰ ਸੀ ਸਾਲ 2002 ਦੇ ਵਿੱਚ ਜਦੋਂ ਸੁਪਰੀਮ ਕੋਰਟ ਦਾ ਕਹਿਣਾ ਸੀ ਕਿ ਵਿਥਿਨ 1 ਇਅਰ ਇੱਕ ਸਾਲ ਦੇ ਸਮੇਂ ਦੇ ਦੌਰਾਨ ਹੀ ਐਸਵਾਈਐਲ ਨਹਿਰ ਦਾ ਕੰਮ ਕੰਪਲੀਟ ਕਰ ਦੇਣਾ ਚਾਹੀਦਾ ਆ ਕਰਨਾ ਬਣਦਾ ਆ ਔਰ ਅਗਰ ਪੰਜਾਬ ਐਵੇਂ ਨਹੀਂ ਕਰੇਗਾ ਤਾਂ ਜਿਹੜਾ ਸੈਂਟਰ ਹੈ ਉਹ ਵਿੱਚ ਪਵੇ ਔਰ ਇਸ ਕੰਮ ਨੂੰ ਕੰਪਲੀਟ ਕਰਵਾਵੇ ਪੰਜਾਬ ਦੇ ਕੋਲੋਂ ਪੰਜਾਬ ਨੇ ਇਸ ਫੈਸਲੇ ਤੋਂ ਬਾਅਦ ਰਿਵਿਊ ਪਟੀਸ਼ਨ ਫਾਈਲ ਕੀਤੀ ਸੀ ਲੇਕਿਨ ਉਹ ਰਿਵਿਊ ਪਟੀਸ਼ਨ ਰਿਜੈਕਟ ਹੋ ਗਈ ਔਰ 2004 ਦੇ ਵਿੱਚ ਸੁਪਰੀਮ ਕੋਰਟ ਦਾ ਇੱਕ ਫਾਈਨਲ ਜੱਜਮੈਂਟ ਆਉਂਦੀ ਹੈ ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਨਹੀਂ ਬਣਾਏਗਾ ਹੁਣ SYL ਸੈਂਟਰ ਬਣਾਏਗਾ ਸੈਂਟਰ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀਆਂ ਏਜੰਸੀਜ਼ ਨੂੰ ਮੋਬਿਲਾਈਜ਼ ਕਰੇ ਔਰ SYL ਦਾ ਕੰਮ ਕੰਪਲੀਟ ਕਰੇ ਔਰ ਇਹਦੇ ਲਈ ਇੱਕ ਇੱਕ ਹਾਈ ਪਾਵਰਡ ਸੈਂਟਰਲ ਕਮੇਟੀ ਬਣਾਵੇ ਜਿਹੜੀ ਇਸ ਸਾਰੀ ਚੀਜ਼ ਦੀ निगरानी करे। ਹੁਣ ਜਦੋਂ 2004 ਦੇ ਵਿੱਚ ਇਹ ਫੈਸਲਾ ਆਂਦਾ ਉਸ ਸਮੇ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਕੁਇਕਲੀ ਇਸ ਫੈਸਲੇ ਦੇ ਆਉਣ ਤੋਂ 2 ਦਿਨ ਪਹਿਲਾਂ ਹੀ ਬਹੁਤ ਕੁਇਕਲੀ ਇੱਕ ਬਿਲ ਪਾਸ ਕੀਤਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ। ਉਹ ਬਿਲ ਪਾਸ ਕੀਤਾ ਕਿ ਪੰਜਾਬ ਦੇ ਜਿੰਨੇ ਵੀ ਸਮਝੌਤੇ ਨੇ, ਐਗਰੀਮੈਂਟਸ ਨੇ ਉਹਨਾਂ ਨੂੰ ਅਸੀਂ ਖਾਰਿਜ ਕਰਦੇ ਹਾਂ ਜਿਹੜੇ ਇੰਟਰ ਸਟੇਟ ਹੋਏ ਨੇ। ਮਤਲਬ ਪੰਜਾਬ ਦੇ ਬਾਕੀ ਸੂਬਿਆਂ ਨਾਲ ਜੋ ਸਮਝੌਤੇ ਹੋਏ ਨੇ ਉਹਨਾਂ ਨੂੰ ਅਸੀਂ ਖਾਰਿਜ ਕਰਦੇ ਆਂ ਇਹ ਜਿਹੜਾ ਬਿੱਲ ਪਾਸ ਹੋਣ ਤੋਂ ਬਾਅਦ ਪੰਜਾਬ ਨੂੰ ਐਵੇਂ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਕਿਉਂਕਿ ਪੋਲਿਟੀਕਲ ਪ੍ਰੈਸ਼ਰ ਇੱਕ ਬਹੁਤ ਵੱਡੀ ਚੀਜ਼ ਹੈ ਜੋ ਆਪਾਂ ਅੱਜ ਵੀ ਦੇਖਿਆ ਬਿਕੋਜ਼ ਪੂਰਾ ਪੰਜਾਬ ਸੀਐਮ ਭਗਵੰਤ ਮਾਨ ਦੀ ਉਸ ਚੀਜ਼ ਦੇ ਨਾਲ ਜੁੜਿਆ ਹੋਇਆ ਸੀ ਕਿ ਕੀ ਡਿਵੈਲਪਮੈਂਟ ਬਣੇਗੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਕੰਮ ਪੂਰਾ ਕੀਤਾ ਬਿੱਲ ਪਾਸ ਕੀਤਾ ਲੇਕਿਨ ਇਹ ਬਿੱਲ ਇੱਕ ਪਾਸੜ ਸੀ ਕਿਉਂਕਿ ਪੰਜਾਬ ਵੱਲੋਂ ਹੀ ਸਮਝੌਤੇ ਰੱਦ ਕਰਦੇ ਨੇ ਇਹ ਵਾਜ਼ੀਮ ਨਹੀਂ ਮੰਨਿਆ ਜਾਣਾ ਸੀ ਇਸੇ ਕਰਕੇ ਗਵਰਨਰ ਵੱਲੋਂ ਇਸ ਨੂੰ ਪਾਸ ਨਹੀਂ ਕੀਤਾ ਜਾਂਦਾ ਫ ਸੁਪਰੀਮ ਕੋਰਟ ਦੇ ਵਿੱਚ ਜਾਂਦਾ ਹੈ ਇਹ ਜਿਹੜਾ ਬਿੱਲ ਪਾਸ ਕੀਤਾ ਸੀਗਾ ਇਹ ਸੁਪਰੀਮ ਕੋਰਟ ਚ ਜਾਂਦਾ ਔਰ ਸੁਪਰੀਮ ਕੋਰਟ ਦਾ 2016 ਦੇ ਵਿੱਚ ਫੈਸਲਾ ਆਉਂਦਾ ਹੈ ਕਿ ਇਹ ਜਿਹੜਾ ਬਿੱਲ ਸੀਗਾ ਇਹ ਅਨ ਕਨਸਟੀਟਿਊਸ਼ਨਲ ਸੀ ਐਵੇਂ ਪੰਜਾਬ ਸਰਕਾਰ ਇੱਕ ਪਾਸੜ ਸਮਝੌਤੇ ਰੱਦ ਕਰਨ ਵਾਲਾ ਬਿੱਲ ਨਹੀਂ ਪਾਸ ਕਰ ਸਕਦੀ ਹੁਣ ਜਦੋਂ 2016 ਦੇ ਵਿੱਚ ਇਹ ਵਾਲਾ ਫੈਸਲਾ ਆਉਂਦਾ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸੇ ਸਮੇਂ ਹੀ 2016 ਦੇ ਵਿੱਚ ਇੱਕ ਆਪਣੀ ਮੂਵ ਚੱਲੀ ਉਹਨਾਂ ਦੀ ਮੂਵ ਇਹ ਸੀ ਕਿ ਜਿੰਨੀਆਂ ਵੀ ਜ਼ਮੀਨਾਂ ਐਸਵਾਈਐਲ ਨਹਿਰ ਬਣਾਉਣ ਦੇ ਲਈ ਆਪ ਖੁਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੇ ਦੌਰ ਦੇ ਵਿੱਚ ਐਕਵਾਇਰ ਕੀਤੀਆਂ ਸੀ ਉਹਨਾਂ ਨੂੰ ਡੀ ਨੋਟੀਫਾਈ ਕਰ ਦਿੱਤਾ ਗਿਆ ਔਰ ਜਿਹੜੇ ਲੋਕਾਂ ਨੇ ਫਿਰ ਆਪਣੀ ਜ਼ਮੀਨਾਂ ਦੇ ਉੱਤੇ ਵਾਪਿਸ ਕਬਜ਼ੇ ਵੀ ਕਰ ਲਏ ਉਹ ਜ਼ਮੀਨਾਂ ਲੋਕਾਂ ਨੂੰ ਵਾਪਿਸ ਦੇ ਦਿੱਤੀਆਂ ਫ੍ਰੀ ਆਫ ਕੋਸਟ ਨਾਲ ਹੀ 191 ਕਰੋੜ ਦਾ ਚੈੱਕ ਜਿਹੜਾ ਸੀ ਉਹ ਹਰਿਆਣਾ ਸਰਕਾਰ ਨੂੰ ਭੇਜਿਆ ਉਹ ਚੈੱਕ ਕਿਉਂ ਭੇਜਿਆ ਕਿਉਂਕਿ SYL ਬਣਾਉਣ ਦੇ ਵਿੱਚ ਕਾਫੀ ਖਰਚਾ ਹਰਿਆਣਾ ਆਲਰੇਡੀ ਕਰ ਚੁੱਕਾ ਹੈ ਹਰਿਆਣਾ ਦੇ ਪੱਖ ਦੇ ਵਿੱਚ ਜਿਹੜੀ ਹਰਿਆਣਾ ਦੇ ਹਿੱਸੇ ਦੇ ਵਿੱਚ ਜੋ SYL ਆਉਂਦੀ ਹੈ ਉਹ ਤਾਂ ਆਲਰੇਡੀ ਕੰਪਲੀਟ ਹੈ ਪੰਜਾਬ ਦੀ ਵੀ ਕਾਫੀ ਹੱਦ ਤੱਕ ਕੰਪਲੀਟ ਹੈ ਕੁਝ ਪੋਰਸ਼ਨ ਜਿਹੜਾ ਰਹਿੰਦਾ ਸੋ ਐਜ਼ ਅ ਕੰਪਨਸੇਸ਼ਨ 191 ਕਰੋੜ ਦਾ ਚੈੱਕ ਜਿਹੜਾ ਸੀ ਉਹ ਭੇਜਿਆ ਗਿਆ ਹਰਿਆਣਾ ਸਰਕਾਰ ਨੂੰ ਪਰ ਉਹ ਚੈੱਕ ਅਲਟੀਮੇਟਲੀ ਵਾਪਸ ਆ ਗਿਆ ਇਸ ਤੋਂ ਬਾਅਦ ਸੁਪਰੀਮ ਕੋਰਟ ਇੱਕ ਮੀਟਿੰਗਸ ਦਾ ਸਿਲਸਿਲਾ ਸ਼ੁਰੂ ਕਰਦੀ ਹੈ ਬਿਟਵੀਨ ਪੰਜਾਬ ਐਂਡ ਹਰਿਆਣਾ ਦੇ ਸੀਐਮ ਐਂਡ ਇਨਕਲੂਡਿੰਗ ਰਾਜਸਥਾਨ ਦੇ ਸੀਐਮ ਔਰ ਇਹਦੇ ਵਿੱਚ ਸੈਂਟਰ ਸਰਕਾਰ ਖਾਸ ਤੌਰ ਤੇ ਜਲ ਸ਼ਕਤੀ ਜਿਹੜੀ ਮਿਨਿਸਟਰੀ ਆਪਣੀ ਉਹਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਕਿ ਉਹ ਮੀਡੀਏਟ ਕਰਨਗੇ ਹੁਣ ਇੱਥੇ ਆ ਕੇ ਸਾਲ 2020 ਤੋਂ ਸੁਪਰੀਮ ਕੋਰਟ ਇੱਕ ਇੱਕ ਮੌਕਾ ਦੇ ਰਹੀ ਹੈ ਲਗਾਤਾਰ ਸਾਰੀਆਂ ਸਟੇਟਸ ਦੇ ਚੀਫ ਮਿਨਿਸਟਰਸ ਨੂੰ ਔਰ ਪੰਜਾਬ ਦਾ ਇੱਥੇ ਜਿਹੜਾ ਚੀਫ ਮਿਨਿਸਟਰ ਦਾ ਰੋਲ ਆ ਉਹ ਬਹੁਤ ਵੱਡਾ ਰੋਲ ਹੈ ਇੱਕ ਤਰ੍ਹਾਂ ਦਾ ਮੌਕਾ ਦੇ ਰਹੀ ਹੈ ਕਿ ਕਿਸੇ ਤਰ੍ਹਾਂ ਇੱਕ ਫ੍ਰੈਂਡਲੀ ਸਮਝੌਤੇ ਤੇ ਰੀਚ ਕਰੀਏ ਔਰ ਇੱਕ 네ਗੋਸ਼ੀਏਸ਼ਨ ਬੜੇ ਬੜੇ ਫ੍ਰੈਂਡਲੀ ਵੇ ਦੇ ਨਾਲ ਸੀਐਮ ਜਿਹੜੇ ਉਹ ਫੇਸ ਟੂ ਫੇਸ ਕਰਨ ਸਾਲ 2020 ਦੇ ਵਿੱਚ ਵੀ ਮੁਲਾਕਾਤ ਹੋਈ ਸੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਮੀਟਿੰਗ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਸੇਮ ਇਹੀ ਸਟੈਂਡ ਲਿਆ ਸੀ ਆਲਮੋਸਟ ਜਿੱਦਾਂ ਦਾ ਅੱਜ ਭਗਵੰਤ ਪਾਣ ਜੀ ਨੇ ਲਿਆ ਕਿ ਪੰਜਾਬ ਕੋਲ ਪਾਣੀ ਹੀ ਨਹੀਂ ਔਰ ਜਿੰਨਾ ਵੀ ਪਾਣੀ ਹੈਗਾ ਉਹਦੀ ਇੱਕ ਦੁਬਾਰਾ ਗਿਣਤੀ ਮਿੰਤੀ ਕਰਨ ਦੀ ਲੋੜ ਹੈ ਹੁਣ ਇਹ ਨਹੀਂ ਕਿ ਜਦੋਂ ਮੁੱਖ ਮੰਤਰੀ ਆਪਸ ਦੇ ਵਿੱਚ ਮਿਲਦੇ ਨੇ ਤਾਂ ਉਹੀ ਇੱਕ ਨਿਊਜ਼ ਬਣਦੀ ਹੈ ਤਾਂ ਆਪਾਂ ਨੂੰ ਐਵੇਂ ਲੱਗਦਾ ਕਿ ਸਿਰਫ ਇਹੀ ਮੀਟਿੰਗਸ ਹੋਈਆਂ ਇਸ ਤੋਂ ਇਲਾਵਾ ਵੀ ਬਹੁਤ ਐਦਾਂ ਦੀਆਂ ਮੀਟਿੰਗਸ ਆ ਜਿਹੜੇ ਪ੍ਰਿੰਸੀਪਲ ਸਖਤਰ ਜਿਹੜੇ ਹੁੰਦੇ ਨੇ ਮਹਿਕਮਿਆਂ ਦੇ ਜਾਂ ਹੋਰ ਅਧਿਕਾਰੀਆਂ ਦੀਆਂ ਆਪਸ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ ਇਸ ਤੋਂ ਪਹਿਲਾਂ ਕਿ ਆਪਾਂ ਇਹ ਗੱਲ ਕਰੀਏ ਕਿ ਅੱਜ ਦੀ ਮੀਟਿੰਗ ਦੇ ਵਿੱਚੋਂ ਕੀ ਨਿਕਲਿਆ ਅਥੇ ਆਪਣੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਕੀ ਪੰਜਾਬ ਆਲਰੇਡੀ ਹੀ ਹਰਿਆਣੇ ਨੂੰ ਪਾਣੀ ਦੇ ਰਿਹਾ ਹੈ ਕਿੰਨਾ ਪਾਣੀ ਦੇ ਰਿਹਾ ਹੈ ਮੋਸਟ ਆਫ ਪੰਜਾਬੀਸ ਨੂੰ ਮੈਂ ਦੁਬਾਰਾ ਕਹਿ ਰਹੀ ਕਿ ਐਵੇਂ ਲੱਗਦਾ ਹੈ ਕਿ ਐਸਓਆਈਐਲ ਨਹਿਰ ਤਾਂ ਨਹੀਂ ਬਣਨ ਦੇਣੀ ਕਿਉਂਕਿ ਫਿਰ ਸਾਡਾ ਪਾਣੀ ਹਰਿਆਣੇ ਨੂੰ ਚਲਾ ਜਾਏਗਾ ਪਰ ਕਿ ਆਲਰੇਡੀ ਹੀ ਹਰਿਆਣਾ ਨੂੰ ਇਨਫ ਪਾਣੀ ਜਿੰਨਾ ਉਹਨੂੰ ਅਲੋਕੇਟਡ ਹੈ ਹਰਿਆਣਾ ਨੂੰ ਉਹਨਾ ਪਾਣੀ ਪਹਿਲਾਂ ਹੀ ਜਾ ਰਿਹਾ ਹੈ ਹਰਿਆਣਾ ਨੂੰ ਜੋ ਪੰਜਾਬ ਤੋਂ ਪਾਣੀ ਜਾਂਦਾ ਉਹਦੇ ਦੋ ਸੋਰਸਸ ਆ ਪਹਿਲਾ ਸੋਰਸ ਹੈ ਰਾਵੀ ਐਂਡ ਬਿਆਸ ਦਾ ਸਰਪਲਸ ਵਾਟਰ ਜੋ ਕਿ 3.5 ਮਿਲੀਅਨ ਏਕੜ ਫੁੱਟ ਪਾਣੀ ਹਰਿਆਣਾ ਨੂੰ ਅਲੋਟ ਕੀਤਾ ਗਿਆ ਹੈ ਸਮਝੌਤਿਆਂ ਦੇ ਤਹਿਤ 1976 ਦੇ ਸਮਝੌਤੇ ਦੇ ਤਹਿਤ ਇੱਕ ਹੋਰ ਸੋਮਾ ਹੈ ਜਿੱਥੋਂ ਪਾਣੀ ਇੱਕ ਹੋਰ ਸੋਰਸ ਹੈ ਜਿੱਥੋਂ ਹਰਿਆਣਾ ਨੂੰ ਪਾਣੀ ਜਾਂਦਾ ਉਹ ਹੈ ਸਤਲੁਜ ਦਰਿਆ ਸਤਲੁਜ ਤੋਂ ਪਖੜਾ ਨੰਗਲ ਕਨਾਲ ਦੇ ਥਰੂ 4.33 ਐਮਐਫ ਪਾਣੀ ਐਗਜ਼ੈਕਟਲੀ ਹਰਿਆਣੇ ਨੂੰ ਜਾ ਰਿਹਾ ਹੈ ਸੋ ਸਤਲੁਜ ਤੋਂ ਪਾਣੀ ਜਾਂਦਾ ਹੈ ਪਖੜਾ ਕਨਾਲ ਦੇ ਥਰੂ ਜਿਹਦੇ ਵਿੱਚ 4.33 ਐਮਐਫ ਪਾਣੀ ਮਿਲੀਅਨ ਏਕੜ ਫਿਟ ਪਾਣੀ ਆਲਰੇਡੀ ਹਰਿਆਣੇ ਨੂੰ ਜਾ ਰਿਹਾ ਹੈ ਹੁਣ ਰਹੀ ਗੱਲ ਰਾਵੀ ਬਿਆਸ ਦੇ ਸਰਪਲਸ ਪਾਣੀ ਦੀ ਜੋ 3.5 ਮਿਲੀਅਨ ਏਕੜ ਫਿਟ ਹੈ ਉਹਦੇ ਵਿੱਚੋਂ ਵੀ ਉਹਦੇ ਵਿੱਚੋਂ ਵੀ 1.6 ਮਿਲੀਅਨ ਏਕੜ ਫਿਟ ਪਾਣੀ ਪਾਖੜਾ ਕਨਾਲ ਦੇ ਵਿੱਚ ਐਡ ਕਰਕੇ ਹਰਿਆਣਾ ਨੂੰ ਆਲਰੇਡੀ ਹੀ ਦਿੱਤਾ ਜਾ ਰਿਹਾ ਹੈ ਸਿਰਫ ਔਰ ਸਿਰਫ 1.9 ਐਮਐਫ ਪਾਣੀ ਜਿਹੜਾ ਹਰਿਆਣਾ ਦੇ ਹਿੱਸੇ ਦਾ ਬਣਦਾ ਆ ਉਹ ਨਹੀਂ ਦਿੱਤਾ ਜਾ ਰਿਹਾ ਸਿਰਫ ਉਹ ਇੱਕ ਜਿਹੜੇ ਪਾਣੀ ਦੀ ਇੱਕ ਜਿਹੜੀ ਇੱਕ ਆਪਾਂ ਕਹਿ ਲਈਏ ਕੁਆਂਟੀਟੀ ਆ ਉਹੀ ਪੈਂਡਿੰਗ ਹੈ 1.9 ਐਮਐਫ ਪਾਣੀ ਸੋ ਹਰਿਆਣਾ ਨੂੰ 올 ਟੂ 올 ਟੂਗੇਦਰ 7.8 ਐਮਐਫ ਪਾਣੀ ਅਲੋਕੇਟਡ ਆ ਪੰਜਾਬ ਦੇ ਅਲੱਗ-ਅਲੱਗ ਦਰਿਆਵਾਂ ਦੇ ਵਿੱਚੋਂ ਉਹਦੇ ਵਿੱਚੋਂ 6 ਐਮਐਫ ਪਾਣੀ ਆਲਰੇਡੀ ਹੀ ਹਰਿਆਣਾ ਲੈ ਰਿਹਾ ਹੈ ਔਰ ਸਿਰਫ ਔਰ ਸਿਰਫ ਅਪ੍ਰੋਕਸੀਮੇਟਲੀ 2 एमएफ ਪਾਣੀ ਆਪਾਂ ਕਹਿ ਲਿਆ ਜਾਂ ਐਗਜ਼ੈਕਟਲੀ 1.9 एमएफ ਪਾਣੀ ਹੀ ਰਹਿੰਦਾ ਹੈ ਜਿਹੜਾ ਹਰਿਆਣਾ ਨੂੰ ਜਾਣਾ ਬਾਕੀ ਹੈ ਔਰ ਇਹੀ 1.9 एमएफ ਪਾਣੀ ਹੈਗਾ ਜਿਹਦੇ ਤੇ ਹਰਿਆਣਾ ਵਾਰ-ਵਾਰ ਐਸਵਾਈਐਲ ਕਨਾਲ ਬਣਾਉਣ ਦੀ ਗੱਲ ਕਰਦਾ ਹੈ ਕਿ ਉਹਦਾ ਇਲੀਗਲ ਢੰਗ ਦੇ ਨਾਲ ਪੰਜਾਬ ਨੇ ਰੋਕਿਆ ਹੋਇਆ ਹੈ ਨਜਾਇਜ਼ ਢੰਗ ਦੇ ਨਾਲ ਪੰਜਾਬ ਨੇ ਹਰਿਆਣਾ ਦਾ ਹਿੱਸਾ ਜੋ 1.9 ਮਿਲੀਅਨ ਏਕੜ ਫੁੱਟ ਪਾਣੀ ਬਣਦਾ ਉਹ ਪੰਜਾਬ ਨੇ ਰੋਕਿਆ ਹੋਇਆ ਹੁਣ ਹਰਿਆਣਾ ਦੀ ਮੰਗ ਇਹ ਹੈ ਕਿ ਜਿਹੜਾ 1.9 एमएफ ਪਾਣੀ ਹੈ ਜਿਹਦਾ ਹਰਿਆਣਾ ਦਾ ਹੱਕ ਬਣਦਾ ਔਰ ਪੰਜਾਬ ਨੇ ਨਜਾਇਜ਼ ਰੋਕਿਆ ਹੋਇਆ ਪਾਣੀ ਉਹ ਹਰਿਆਣਾ ਨੂੰ ਮਿਲਣਾ ਚਾਹੀਦਾ ਹਰਿਆਣਾ ਇੱਥੇ ਤਰਕ ਦਿੰਦਾ ਉਹ ਕਹਿੰਦੇ ਨੇ ਕਿ ਸਾਡਾ ਸਾਨੂੰ ਅਗਰੇ 1.9 ਐਮਐਫ ਪਾਣੀ ਆਏਗਾ ਪੰਜਾਬ ਤੋਂ ਜੋ ਉਹਨਾਂ ਦਾ ਹੱਕ ਬਣਦਾ ਉਹ ਕਹਿੰਦੇ ਨੇ ਤਾਂ ਇਹਦੇ ਨਾਲ ਉਹਨਾਂ ਦਾ 10 ਲੱਖ ਏਕੜ ਰਕਬਾ ਜਿਹੜਾ ਜ਼ਮੀਨ ਦਾ ਉਹ ਇਰੀਗੇਟ ਹੋਏਗਾ ਉਹਨੂੰ ਸਿੰਚਾਈ ਮਿਲੇਗੀ ਨਾਲ ਹੀ ਉਹ ਕਹਿੰਦੇ ਨੇ ਕਿ ਕਿਉਂਕਿ ਹੁਣ ਸਾਨੂੰ ਐਸਵਾਈਐਲ ਦਾ ਬਣਦਾ ਪਾਣੀ ਨਹੀਂ ਮਿਲ ਰਿਹਾ ਸਾਡਾ ਹੱਕ ਇਸ ਕਰਕੇ ਸਾਡੀ ਜਿਹੜੀ ਖੇਤੀਬਾੜੀ ਔਰ ਟਿਊਬਲ ਤੇ ਨਿਰਭਰ ਆ ਔਰ ਟਿਊਬਲ ਚਲਾਉਣ ਦੇ ਵਿੱਚ ਇਲੈਕਟ੍ਰਿਸਿਟੀ ਐਂਡ ਡੀਜ਼ਲ ਦਾ 100 ਤੋਂ 150 ਕਰੋੜ ਦਾ ਖਰਚਾ ਜਿਹੜਾ ਵਾਧੂ ਬੋਝ ਕਿਸਾਨਾਂ ਦੇ ਉੱਤੇ ਉਹ ਸਰਕਾਰ ਦੇ ਉੱਤੇ ਪਿਆ ਹੋਇਆ। ਨਾਲ ਹੀ ਇਹ ਵੀ ਕਹਿੰਦੇ ਨੇ ਕਿ 42 ਲੱਖ ਟਨ ਫੂਡ ਗ੍ਰੇਨ ਅਨਾਜ ਦਾ ਘਾਟਾ ਪੈ ਰਿਹਾ ਹਰਿਆਣਾ ਨੂੰ ਕਿਉਂਕਿ ਪੰਜਾਬ ਤੋਂ ਬਣਦਾ ਹੱਕ ਉਹਨਾਂ ਨੂੰ ਪਾਣੀ ਦਾ ਨਹੀਂ ਮਿਲ ਰਿਹਾ ਔਰ ਅਗਰ ਉਹ ਵੈਲਿਊ ਪੈਸੇ ਦੇ ਵਿੱਚ ਦੇਖੀਏ ਤਾਂ ਹਰਿਆਣਾ ਕਹਿੰਦਾ ਕਿ ਉਹਨਾਂ ਨੂੰ 19000 ਕਰੋੜ ਤੋਂ ਵੀ ਵੱਧ ਦਾ ਘਾਟਾ ਹੈ। ਕਿਉਂਕਿ SYL ਨਹਿਰ ਨਹੀਂ ਚੱਲ ਰਹੀ ਸੋ ਇਹ ਹਰਿਆਣਾ ਦੇ ਤਰਕ ਹੈਗੇ ਨੇ ਜਿਹੜੇ ਮੈਨੂੰ ਲੱਗਾ ਕਿ ਤੁਹਾਡੇ ਲਈ ਜਾਣੇ ਜ਼ਰੂਰੀ ਨੇ ਹੁਣ ਇੱਥੇ ਆਪਣੇ ਲਈ ਪੰਜਾਬ ਦੇ ਤਰਕ ਕੀ ਨੇ ਉਹ ਵੀ ਆਪਣੇ ਲਈ ਇੱਕ ਤਰ੍ਹਾਂ ਦੇ ਨਾਲ ਜਾਣੇ ਬਹੁਤ ਜ਼ਰੂਰੀ ਨੇ ਇਹ ਤਰਕ ਹੋ ਸਕਦਾ ਸੀਐਮ ਸਾਹਿਬ ਭਗਵੰਤ ਮਾਨ ਜੀ ਐਸ ਤੋਂ ਪਿਛਲਿਆਂ ਨੇ ਕਦੀ ਨਾ ਰੱਖੇ ਹੋਣ ਕਿਉਂਕਿ ਉਹਨਾਂ ਦੀਆਂ ਐਫਰਟਸ ਕਦੀ ਇਹਦੇ ਲਈ ਨਹੀਂ ਆਈਆਂ ਪਰ ਪੰਜਾਬ ਦੇ ਲੋਕ ਇਸ ਚੀਜ਼ ਨੂੰ ਜਾਣਦੇ ਨੇ ਕਿ ਅਗਰ ਹਰਿਆਣਾ ਦੇ ਵਿੱਚ ਟਿਊਬਵੈਲਸ ਦਾ ਬੋਝ ਹੈ ਤਾਂ ਪੰਜਾਬ ਦੇ ਵਿੱਚ ਵੀ ਟਿਊਬਵੈਲਸ ਦਾ ਬੋਝ ਹੈ ਕਿਉਂਕਿ ਪੰਜਾਬ ਦੀ ਆਲਮੋਸਟ 70-75% ਇਦਾਂ ਦੀ ਜ਼ਮੀਨ ਆ ਜਿੱਥੇ ਸਿੰਚਾਈ ਗਰਾਊਂਡ ਵਾਟਰ ਵਾਟਰ ਤੋਂ ਹੁੰਦੀ ਹੈ ਔਰ ਉਹਦੀ ਸਬਸਿਡੀ ਚਾਹੀਏ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਫ੍ਰੀ ਬਿਜਲੀ ਮਿਲਦੀ ਆ ਪਰ ਉਹਦੀ ਸਬਸਿਡੀ 7000 ਕਰੋੜ ਤੋਂ ਪਲੱਸ ਆਪਣੀ ਸਰਕਾਰ ਪੰਜਾਬ ਸਰਕਾਰ ਨੂੰ ਪੇ ਕਰਨੀ ਪੈਂਦੀ ਆ ਪੰਜਾਬ ਦੇ ਵਿੱਚ ਅਪ੍ਰੋਕਸੀਮੇਟਲੀ 15 ਲੱਖ ਟਿਊਬਵੈਲ ਨੇ ਔਰ ਇਹਨਾਂ ਕਿਸਾਨਾਂ ਦਾ ਵੀ ਜਿਨ੍ਹਾਂ ਦਾ ਟਿਊਬਵੈਲ ਹੈ ਤਾਂ ਉਹਨਾਂ ਦਾ ਵੀ ਡੀਜ਼ਲ ਦਾ ਖਰਚਾ ਜਿਹੜਾ ਬੋਝ ਜਾਦਾ ਔਰ ਜਿਹੜਾ ਆਪਣਾ ਕਨਾਲ ਸਿਸਟਮ ਹੈ ਜਿਹੜਾ ਕਿ ਇੱਕ ਬਹੁਤ ਮਜ਼ਬੂਤ ਕਨਾਲ ਸਿਸਟਮ ਆਪਾਂ ਨੂੰ ਬ੍ਰਿਟਿਸ਼ ਰਾਜ ਤੋਂ ਹੀ ਬਣਿਆ ਹੋਇਆ ਮਿਲਿਆ ਆ ਉਸ ਨੂੰ ਆਪਾਂ ਚਲਾਉਣ ਦੇ ਵਿੱਚ ਅਸਮਰਥ ਰਹੇ ਆ ਆਪਾਂ ਤੋਂ ਭਾਵੇਂ ਆ ਕਿ ਪੰਜਾਬ ਸਰਕਾਰ ਦੇ ਇਰੀਗੇਸ਼ਨ ਡਿਪਾਰਟਮੈਂਟ ਨੇ ਕਦੀ ਉਹਨੂੰ ਚਲਾਉਣ ਦਾ ਉਹਨਾਂ ਕਨਾਲਸ ਦੇ ਵਿੱਚ ਪਾਣੀ ਕਿਸਾਨਾਂ ਤੱਕ ਪਹੁੰਚਾਉਣ ਦਾ ਤਾਂ ਕਿ ਜਿਹੜੀ ਖੇਤੀਬਾੜੀ ਆ ਉਹ ਨਹਿਰੀ ਪਾਣੀ ਦੇ ਉੱਤੇ ਨਿਰਭਰ ਰਹੇ ਨਾ ਕਿ ਆਪਾਂ ਗਰਾਊਂਡ ਚੋਂ ਪਾਣੀ ਕੱਢ ਕੱਢ ਕੇ ਆਪਣਾ ਗਰਾਊਂਡ ਵਾਟਰ ਡਿਪਲੀਟ ਕਰੀ ਜਾਈਏ ਗਰਾਊਂਡ ਵਾਟਰ ਦੀ ਸਿਚੁਏਸ਼ਨ ਆਪਣੀ ਕੀ ਆ ਉਹਦੀ ਆਪਾਂ ਪਿਛਲੀ ਵੀਡੀਓਜ਼ 'ਚ ਵੀ ਗੱਲ ਕੀਤੀ ਹੈ ਕਿ ਦਰਿਆਈ ਪਾਣੀ ਨੂੰ ਆਪਾਂ ਪ੍ਰੋਪਰਲੀ ਵਰਤ ਨਹੀਂ پا ਰਹੇ ਔਰ ਜਿਹੜਾ ਧਰਤੀ ਦੇ ਅੰਦਰ ਦਾ ਹੈ ਉੱਥੇ ਕਈ ਜਗ੍ਹਾ ਤੇ ਬੋਰ 400 ਫੁੱਟ ਤੱਕ ਵੀ ਡੂੰਘੇ ਜਾ ਚੁੱਕੇ ਨੇ ਔਰ ਮੇਰੇ ਪੜਨ ਚਾਰਿਆ ਸੀ ਕਿ ਕਈ ਐਦਾਂ ਦੇ ਵੀ ਜ਼ਿਲ੍ਹੇ ਨੇ ਪੰਜਾਬ 'ਚ ਜਿੱਥੇ 400 ਫੁੱਟ ਤੋਂ ਵੀ ਵੱਧ ਜਾ ਕੇ ਡੀਪ ਡਾਊਨ ਜਿਹੜਾ ਬੋਰ ਆ ਉਹ ਲਗਾਉਣਾ ਪੈਂਦਾ ਪਾਣੀ ਖਿੱਚਣ ਦੇ ਲਈ ਅਗਰ एसवाईएल ਬਣਦੀ ਹੈ ਤਾਂ ਪੰਜਾਬ ਨੂੰ ਕੀ ਨੁਕਸਾਨ ਹੈ ਇੱਕ ਬਹੁਤ ਵੱਡਾ ਸਵਾਲ ਹੈ ਇਹਦੇ ਦੋ ਜਵਾਬ ਨੇ ਮੇਰੇ ਕੋਲ ਪਹਿਲਾ ਜਵਾਬ ਇਹ ਹੈਗਾ ਕਿ ਅਗਰ एसवाईएल ਨਹਿਰ ਦੇ ਥਰੂ ਪਾਣੀ ਜਾਏਗਾ ਤਾਂ ਇਹਦੇ ਨਾਲ ਜਿਹੜੀ ਮਾਲਵਾ ਬੈਲਟ ਹੈ ਉਹ ਨੁਕਸਾਨੀ ਜਾਏਗੀ ਮਾਨਸਾ ਮਲੂਠ ਬਠਿੰਡਾ ਮੁਕਤਸਰ ਜਿਹੜਾ ਉਹ ਏਰੀਆ ਹੈ ਉਹਨੂੰ ਇੱਕ ਨੁਕਸਾਨ ਪਹੁੰਚੇਗਾ ਔਰ ਦੂਸਰੀ ਚੀਜ਼ ਕਿਉਂਕਿ ਪਿਛਲੀ ਵੀਡੀਓ ਚ ਗੱਲ ਕੀਤੀ ਸੀ ਕਿ ਕੀ ਪੰਜਾਬ ਆਪਣੇ ਰਾਇਲਟੀ ਜਿਹੜੀ ਆ ਉਹ ਮੰਗ ਸਕਦਾ ਪੈਸੇ ਤੋਂ ਤੁਸੀਂ ਜਰੂਰ ਦੇਖਣਾ ਉਹਦੇ ਵਿੱਚ ਇੱਕ ਕੁਆਇਟ ਤੁਹਾਡੇ ਲਈ ਇਨਫੋਰਮੇਟਿਵ ਵੀਡੀਓ ਹੈਗੀ ਹੈ ਅਗਰ ਐਸਵਾਈਐਲ ਚੱਲਦੀ ਹੈ ਤਾਂ ਉਹਦੇ ਵਿੱਚ 650 ਕਿਊਸਕ ਪਾਣੀ ਜਿਹੜਾ ਹਰ ਸਾਲ ਜਾਏਗਾ ਪੰਜਾਬ ਤੋਂ ਹਰਿਆਣਾ ਨੂੰ ਵਿਜੇਪਾਲ ਸਿੰਘ ਮਾਨ ਦੀ ਕਿਤਾਬ ਉਹਦਾ ਜ਼ਿਕਰ ਮੈਂ ਪਹਿਲੀ ਵੀਡੀਓ ਚ ਵੀ ਕੀਤਾ ਸੀ ਇੱਕ ਬਹੁਤ ਵਧੀਆ ਉਹਨਾਂ ਨੇ ਢੰਗ ਦੇ ਨਾਲ ਔਰ ਬਹੁਤ ਅੱਛੇ ਪ੍ਰੋਸਪੈਕਟਿਵ ਤੋਂ ਕਿਤਾਬ ਲਿਖੀ ਹੈ ਬਹੁਤ ਜਾਣਕਾਰੀ ਉਸ ਕਿਤਾਬ ਤੋਂ ਮਿਲਦੀ ਹੈ ਉਹਦੇ ਵਿੱਚ ਇੱਕ ਫਾਰਮੂਲਾ ਲਾਉਂਦੇ ਨੇ ਕਿ ਅਗਰ ਇੱਕ ਕਿਊਸਕ ਪਾਣੀ ਦਾ ਉਹਨਾਂ ਨੇ ਆਪਣੇ ਫਾਰਮੂਲੇ ਨਾਲ ਵੈਲਿਊ ਕੱਢੀ ਹੈ ਕਿ ਇੱਕ ਕਿਊਸਕ ਪਾਣੀ ਦੀ ਕੀਮਤ 33 ਲੱਖ ਰੁਪਏ ਉਹ ਮੰਨਦੇ ਨੇ ਸੋ ਅਗਰ ਇੱਕ ਕਿਊਸਕ ਦੀ ਕੀਮਤ ਜਿਹੜੀ ਉਹ 33 ਲੱਖ ਹੈ ਤਾਂ ਹੁਣ ਤੁਸੀਂ ਮਲਟੀਪਲੀਕੇਸ਼ਨ ਦਾ ਕੰਮ ਆਪੇ ਕਰਿਓ ਕਿ 6500 ਕਿਊਸਕ ਪਾਣੀ ਨੂੰ ਜਦੋਂ ਮਲਟੀਪਲਾਈ ਕਰੋਗੇ 33 ਲੱਖ ਦੇ ਨਾਲ ਤਾਂ ਕੀ ਵੈਲਿਊ ਆਏਗੀ ਸੋ ਇਹ ਨੁਕਸਾਨ ਹੈ ਪੰਜਾਬ ਨੂੰ ਇਨ ਕੇਸ ਐਸਵਾਈਐਲ ਚੱਲਦੀ ਹੈ ਤਾਂ ਪਰ ਐਸਵਾਈਐਲ ਦੇ ਥਰੂ ਸਿਰਫ ਔਰ ਸਿਰਫ 1.9 ਐਮਐਫ ਪਾਣੀ ਹੈ ਜਿਹੜਾ ਹਰਿਆਣਾ ਉਹ ਦਰਹੰਦਾ ਆ ਬਾਕੀ ਪਤਾ ਆਲਰੇਡੀ ਹੀ ਹਰਿਆਣਾ ਨੂੰ ਜਾ ਰਿਹਾ ਆ ਪੰਜਾਬ ਐਂਡ ਹਰਿਆਣਾ ਦੇ ਦੋਨਾਂ ਦੇ ਮੁੱਖ ਮੰਤਰੀਆਂ ਦੀ ਆਪਸ ਦੇ ਵਿੱਚ ਬੈਠਕ ਦੇ ਵਿੱਚ ਜਦੋਂ ਬਾਅਦ ਵਿੱਚ ਉਹ ਆਉਂਦੇ ਨੇ ਔਰ ਪ੍ਰੈਸ ਵਾਰਤਾਲਾਪ ਕਰਦੇ ਨੇ ਤਾਂ ਉਹਦੇ ਵਿੱਚ ਦੋਨਾਂ ਦੇ ਇੱਕ ਪੁਆਇੰਟ ਹੈ ਜਿਹਦੇ ਤੇ ਆਪਾਂ ਨੂੰ ਐਮਫਸਾਈਜ਼ ਕਰਨ ਦੀ ਜ਼ਰੂਰਤ ਹੈ ਔਰ ਇਹਦੇ ਵਿੱਚੋਂ ਹੀ ਸਾਰਾ ਕੁਝ ਆਪਾਂ ਨੂੰ ਸਮਝ ਆ ਜਾਏਗਾ ਸੀਐਮ ਖੱਟਰ ਜੋ ਹਰਿਆਣਾ ਦੇ ਸੀਐਮ ਨੇ ਉਹ ਇਹ ਕਹਿੰਦੇ ਨੇ ਕਿ ਸਾਨੂੰ ਤੁਸੀਂ ਐਸਵਾਈਐਲ ਬਣਾ ਦਿਓ ਪਾਣੀ ਦੀ ਗੱਲ ਅਸੀਂ ਨਹੀਂ ਕਰਦੇ ਹਜੇ ਸਾਨੂੰ ਹਜੇ ਪਾਣੀ ਨਹੀਂ ਚਾਹੀਦਾ ਉਹ ਐਮਫੈਸਾਈਜ਼ ਕਰਦੇ ਨੇ ਕਿ ਸਾਨੂੰ ਬਸ ਨਹਿਰ ਬਣਾ ਦਿਓ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਐਮਫੈਸਾਈਜ਼ ਕਰਦੇ ਨੇ ਕਿ ਅਸੀਂ ਪਹਿਲਾਂ ਪਾਣੀ ਦੀ ਮੰਗਤੀ ਕਰਨੀ ਆ ਐਸਵਾਈਐਲ ਬਾਅਦ ਚ ਬਣੇਗੀ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਹਰਿਆਣਾ ਸੀਐਮ ਦੀ ਪ੍ਰਾਇਰਟੀ ਹੈ ਕਿ ਪਹਿਲਾਂ ਐਸਵਾਈਐਲ ਬਣਾ ਦਿਓ ਪਾਣੀ ਪੂਣੀ ਕਿੱਦਾਂ ਲੈਣਾ ਉਹ ਆਪਾਂ ਬਾਅਦ ਚ ਦੇਖਾਂਗੇ ਉਹਨਾਂ ਲਈ ਇਸ ਸਮੇਂ ਲੈਸ ਇੰਪੋਰਟੈਂਟ ਹੈ ਔਰ ਪੰਜਾਬ ਦੇ ਸੀਐਮ ਕਹਿੰਦੇ ਆ ਪਹਿਲਾਂ ਪਾਣੀ ਦੀ ਮੰਗਤੀ ਕਰੋ ਵੀ ਕਿੰਨਾ ਪਾਣੀ 올 ਟੁਗੇਦਰ ਸਾਡੇ ਕੋਲ ਹੈਗਾ ਆ ਫਿਰ ਦੇਖਾਂਗੇ ਦੇਣਾ ਆ ਐਸਵਾਈਐਲ ਨਹਿਰ ਬਣਾਉਣੀ ਕਿ ਨਹੀਂ ਬਣਾਉਣੀ ਹੁਣ ਇੱਥੇ ਜਿਹੜਾ ਸੀਐਮ ਖੱਟਰ ਸੀਐਮ ਹਰਿਆਣਾ ਮਨੋਹਰ لال ਖੱਟਰ ਦਾ ਇਹ ਕਹਿਣਾ ਆ ਜਿਹੜਾ ਉਹਨਾਂ ਦਾ ਓਵਰ ਐਮਫਸਿਸ ਹੈ ਕਿ ਪਹਿਲਾਂ ਨਹਿਰ ਬਣਾਓ ਐਸਵਾਈਐਲ ਪਾਣੀ ਆਪਾਂ ਬਾਅਦ ਦੇਖਾਂਗੇ ਇਹਦੀ ਵਿਚਲੀ ਪੋਲਿਟਿਕਸ ਨੂੰ ਔਰ ਇਸ ਫੀਨੋਮੀਨਾ ਨੂੰ ਜਿਹੜਾ ਉਹਨਾਂ ਦੇ ਪਿੱਛੇ ਦਿਮਾਗ ਚੱਲਦਾ ਹੋਏਗਾ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਔਰ ਉਹ ਆਪਣੇ ਕੋਲ ਆਲਰੇਡੀ ਉਹਦਾ ਜਵਾਬ ਹੈਗਾ ਹੈ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਇਹ ਨਹੀਂ ਹੈਗਾ ਕਿ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਜਾਂ ਰਾਜਸਥਾਨ ਨੂੰ ਨਹੀਂ ਦੇਣਾ ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਇਹ ਹੈਗਾ ਕਿ ਪੰਜਾਬ ਆਪਣੇ ਦਰਿਆਈ ਪਾਣੀਆਂ ਦੇ ਉੱਤੇ ਪੂਰਾ ਕੰਟਰੋਲ ਰੱਖਣਾ ਚਾਹੁੰਦਾ ਆ ਕਿਉਂਕਿ ਇਹ ਹੱਕ ਬਣਦਾ ਪੰਜਾਬ ਦਾ ਪਰ ਇਸ ਸਮੇਂ ਕੀ ਹੈ 1969 ਦੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ 78 79 80 ਜਿਹੜੀ ਉਹਦੇ ਵਿੱਚ ਤਾਰਾ ਆ ਉਹਦੇ ਅਕੋਰਡਿੰਗਲੀ ਸਾਰਾ ਹੀ ਕੰਟਰੋਲ ਜਿਹੜੀਆਂ ਮੋਸਟ ਕੰਟਰੋਵਰਸ਼ੀਅਲ ਤਾਰਾਵਾਂ ਨੇ ਉਹਨਾਂ ਵਿੱਚੋਂ ਇੱਕ ਦੇ ਅਕੋਰਡਿੰਗਲੀ ਸਾਰਾ ਕੰਟਰੋਲ ਪੰਜਾਬ ਦੇ ਦਰਿਆਈ ਪਾਣੀਆਂ ਦਾ ਪਖੜਾ ਵਿਆਸ ਮੈਨੇਜਮੈਂਟ ਬੋਰਡ ਦੇ थ्रू ਸੈਂਟਰ ਦੇ ਕੋਲ ਜਾ ਚੁੱਕਾ ਹੈ। ਉਹਦੇ ਵਿੱਚ ਦੋ ਨੁਮਾਇंदे ਹੁੰਦੇ ਸੀ ਇੱਕ ਹਰਿਆਣਾ ਦਾ ਹੁੰਦਾ ਸੀ ਇੱਕ ਪੰਜਾਬ ਤੋਂ ਹੁੰਦਾ ਸੀ ਪਰ ਹੁਣ ਉਹਨਾਂ ਦੀ ਵੀ ਨੁਮਾਇੰਦਗੀ ਜਿਹੜੀ ਆ ਉਹ ਰਿਜ਼ਰਵੇਸ਼ਨ ਜਿਹੜੀ ਆ ਦੋਨਾਂ ਸਟੇਟਸ ਦੇ ਲਈ ਉਹ ਵੀ ਕੈਨਸਲ ਹੋ ਚੁੱਕੀ ਔਰ ਸੀਐਮ ਮਨੋਹਰ ਲਾਲ ਖੱਟੜ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਪਾਣੀ ਦੀ ਅਲੋਟ ਜਾਂ ਪਾਣੀ ਚਲਾਉਣਾ ਹਰਿਆਣੇ ਦੇ ਲਈ ਉਹ ਤਾਂ ਸੈਂਟਰ ਡਿਸਾਈਡ ਕਰੇਗਾ ਉਹਦੀ ਪਾਵਰ ਪੰਜਾਬ ਦੇ ਮੁੱਖ ਮੰਤਰੀ ਦੇ ਕੋਲ ਹੈ ਹੀ ਨਹੀਂ ਹੈ ਸੋ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਸ ਚੀਜ਼ ਦਾ ਪਲੀਪੰਤੀ ਗਿਆਨ ਹੈਗਾ ਕਿ ਪੰਜਾਬ ਤੋਂ ਤਾਂ ਸਿਰਫ ਨਹਿਰ ਬਣਵਾਉਣੀ ਹੈ ਪਾਣੀ ਤਾਂ ਸੈਂਟਰ ਨੇ ਹੀ ਦੇਣਾ ਹੁਣ ਪੰਜਾਬ ਦੇ ਮੁੱਖ ਮੰਤਰੀ ਇਹ ਕਹਿੰਦੇ ਨੇ ਕਿ ਇੱਕ ਪਾਣੀ ਨੂੰ ਦੁਆਰਾ ਮਾਪਿਆ ਜਾਣਾ ਚਾਹੀਦਾ ਕਿ ਕਿੰਨਾ ਆਪਣੇ ਕੋਲ ਪਾਣੀ ਹੈਗਾ ਆ ਹੁਣ ਅਗਰ ਆਪਾਂ ਇਸ ਚੀਜ਼ ਨੂੰ ਦੇਖੀਏ ਤਾਂ ਇੱਕ ਤਰ੍ਹਾਂ ਦੇ ਨਾਲ ਆਪਾਂ ਇੱਕ ਨਵੇਂ ਟ੍ਰਿਬਿਊਨਲ ਦੀ ਮੰਗ ਕਰ ਰਹੇ ਹਾਂ ਕਿ ਪੰਜਾਬ ਦੇ ਪਾਣੀ ਨੂੰ ਸਾਰੇ ਨੂੰ ਰਾਵੀ ਬਿਆਸ ਦੇ ਪਾਣੀ ਨੂੰ ਕਿਉਂਕਿ ਰਾਵੀ ਬਿਆਸ ਦੇ ਪਾਣੀ ਦਾ ਹੀ ਝਗੜਾ ਆ ਹਰਿਆਣਾ ਦੇ ਨਾਲ ਐਸਵਾਈਐਲ ਦੇ ਥਰੂ ਸਤਲੁਜ ਦੇ ਪਾਣੀ ਦਾ ਨਹੀਂ ਆ ਉਹਨੂੰ ਇੱਕ ਵਾਰੀ ਦੇਖਿਆ ਜਾਵੇ ਕਿ ਕਿੰਨਾ ਆ ਪਰ ਇੱਥੇ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪੰਜਾਬ ਦੇ ਵਿੱਚ ਜੋ ਰਾਵੀ ਬਿਆਸ ਦਾ ਪਾਣੀ ਆ 1921 ਦੇ ਆਰਾਊਂਡ ਮਿਣਿਆ ਗਿਆ ਤਾਂ 15 ਕੋਈ ਕੁਝ ਐਮਈਐਫਸੀ ਜਦੋਂ 1955 ਦੇ ਅਰਾਊਂਡ ਮਿਣਿਆ ਗਿਆ ਤਾਂ ਵੀ 15 ਤਾਂ ਵੀ 15 ਐਮਐਫ ਸੀਗਾ ਪਰ ਜਦੋਂ ਜਿਹੜਾ ਸਰਕਾਰੀ ਹਿਦਾਇਤਾਂ ਤੋਂ ਬਾਅਦ ਬਣਦਾ ਹੈ ਜਿਹੜਾ 1985 ਦੇ ਵਿੱਚ ਇਹ ਸਰਵੇ ਕਰਦਾ ਉਹ ਕਹਿੰਦਾ ਹੈ ਕਿ ਪੰਜਾਬ ਦਾ ਰਾਵੀ ਬਿਆਸ ਦਾ ਜਿਹੜਾ ਪਾਣੀ ਆ ਉਹ 17.17 ਐਮਐਫ ਹੈ ਸੋ ਇਹ ਜਿਹੜਾ ਡਾਟਾ ਉਹਨਾਂ ਨੇ ਦਿੱਤਾ ਕਿਉਂਕਿ ਪਹਿਲਾਂ ਤਾਂ ਪਾਣੀ ਲਗਾਤਾਰ ਸੇਮ ਹੀ ਸੀ ਫਿਰ ਇੱਕਦਮ ਇਹ ਪਾਣੀ 2 ਐਮਐਫ ਤੋਂ ਜ਼ਿਆਦਾ ਕਿਵੇਂ ਵੱਧ ਗਿਆ ਇਹਦੇ ਉੱਤੇ ਕਈ ਵਿਦਵਾਨਾਂ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਔਰ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇਹ ਪਾਣੀ ਜਾਣਬੁੱਝ ਕੇ ਹੀ ਟ੍ਰਿਬਿਊਨਲ ਵੱਲੋਂ ਕਨਵੀਨੀਐਂਟਲੀ ਵਧਾ ਦਿੱਤਾ ਗਿਆ ਤਾਂ ਕਿ ਇਸ ਚੀਜ਼ ਦਾ ਵਧੀਆ ਪਾਣੀ ਹਰਿਆਣਾ ਔਰ ਬਾਕੀ ਸਟੇਟਸ ਨੂੰ ਜਾਂਦਾ ਰਹੇ ਇਹੋ ਜੇ ਸ਼ੰਕੇ ਬਹੁਤ ਐਕਸਪਰਟਸ ਵੱਲੋਂ ਲਗਾਤਾਰ ਉਠਾਏ ਗਏ ਨੇ ਸੋ ਟ੍ਰਿਬਿਊਨਲ ਦੀ ਮੰਗ ਕਰ ਲਈਏ ਤਾਂ ਇਹਦੇ ਵਿੱਚੋਂ ਲੌਂਗ ਟਰਮ ਸੋਲੂਸ਼ਨ ਪੰਜਾਬ ਦੇ ਪਾਣੀਆਂ ਦੇ ਮਸਲੇ ਦਾ ਨਹੀਂ ਆ ਪੰਜਾਬ ਦੇ ਪਾਣੀਆਂ ਦੇ ਮਸਲੇ ਦੀ ਜਿਹੜੀ ਸੋਲੂਸ਼ਨ ਆ ਉਹ ਇੱਥੇ ਲਾਈ ਕਰਦਾ ਕਿ ਸੈਂਟਰ ਸਰਕਾਰ ਤੋਂ ਆਪਣਾ ਪਾਣੀ ਦਾ ਕੰਟਰੋਲ ਜਿਹੜਾ ਪੰਜਾਬ ਦਾ ਉਹ ਵਾਪਿਸ ਲਿਆ ਜਾਵੇ ਕਿਉਂਕਿ ਰਾਈਪੇਰੀਅਨ ਸਿਧਾਂਤਾਂ ਦੇ ਅਕੋਰਡਿੰਗਲੀ ਰਾਈਪੇਰੀਅਨ ਕਾਨੂੰਨ ਨਹੀਂ ਹੈਗੇ ਰਾਈਪੇਰੀਅਨ ਸਿਧਾਂਤ ਆ ਉਹਨਾਂ ਦੇ ਅਕੋਰਡਿੰਗਲੀ ਪੰਜਾਬ ਹੀ ਡਿਜ਼ਰਵ ਕਰਦਾ ਆਪਣੇ ਪਾਣੀਆਂ ਨੂੰ ਕੰਟਰੋਲ ਕਰਨਾ ਇਹ ਸਟੇਟ ਲਿਸਟ ਦਾ ਇੱਕ ਸਬਜੈਕਟ ਹੈ ਦੋਨਾਂ ਸੂਬਿਆਂ ਦੇ ਚੀਫ ਮਿਨਿਸਟਰਸ ਦੀ ਇਹ ਅੱਜ ਦੀ ਮੀਟਿੰਗ ਦੇ ਵਿੱਚੋਂ ਅਗਰ ਆਪਾਂ ਪੋਲਿਟੀਕਲ ਐਂਗਲ ਦੇਖਣਾ ਹੋਵੇ ਤਾਂ ਉਹ ਇੱਕ ਸਾਫ਼ ਆਪਾਂ ਨੂੰ ਨਜ਼ਰ ਆਉਂਦਾ ਹੈ ਕਿ ਪੋਲਿਟੀਕਲ ਬੈਨੀਫਿਟ ਲੈਣ ਦੇ ਲਈ ਦੋਨੋਂ ਮੁੱਖ ਮੰਤਰੀਆਂ ਦੀ ਇੱਕ ਡੈਸਪੀਰੇਸ਼ਨ ਜਿਹੜੀ ਉਹ ਦਿਖਾਈ ਦਿੰਦੀ ਹੈ सीएम हरियाणा खट्टर जी ने ओना दे ਲਈ ता ए मीटिंग करनी इस करके भी जरूरी सी क्योंकि इलेक्शन आ रहे ने और अगर ਤੁਸੀਂ ਇਤਿਹਾਸ ਨੂੰ ਦੇਖੋਗੇ ਤਾਂ ਜਦੋਂ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਚਾਹੇ ਪੰਜਾਬ ਚਾਹੇ ਹਰਿਆਣਾ ਚ ਇਹ ਜਿਹੜਾ ਮਸਲਾ ਐ ਐਸਵਾਈਐਲ ਦਾ ਆ ਉਹ ਉਭਾਰਿਆ ਹੀ ਜਾਂਦਾ ਆ ਇਹ ਇੱਕ ਰਿਵਾਇਤ ਹੈ ਇਹ ਇਹਦੇ ਨਾਲ ਹੀ ਵੋਟਾਂ ਜਿਹੜੀਆਂ ਉਹ ਪੱਕੀਆਂ ਕਰ ਸਕਦੇ ਨੇ ਮੁੱਖ ਮੰਤਰੀ ਉਹ ਤੁਸੀਂ ਇਸ ਚੀਜ਼ ਨੂੰ ਬਿਹਤਰ ਜਾਣਦੇ ਹੋ सीएम ਪੰਜਾਬ ਦੇ ਲਈ ਵੀ ਇਹ ਜਿਹੜੀ ਮੀਟਿੰਗ ਸੀ ਬਹੁਤ ਲਾਹੇਵੰਦ ਸੀ ਉਹਦਾ ਕਾਰਨ ਇਹ ਹੈ ਕਿਉਂਕਿ ਇਦਾਂ ਹੀ ਇਲਜ਼ਾਮ ਜਿਹੜੇ ਆ ਭਗਵੰਤ ਜੀ ਸਰਕਾਰ ਤੇ ਲੱਗ ਰਹੇ ਆ ਲੇਟਲੀ ਕਿ ਕਿਉਂਕਿ ਗੁਜਰਾਤ ਦੀਆਂ ਇਲੈਕਸ਼ਨਸ ਆ ਇਸ ਕਰਕੇ ਸਾਰੇ ਐਮਐਲਏ ਹੀ ਉੱਥੇ ਜਾ ਕੇ ਕੰਮ ਕਰਦੇ ਪਏ ਨੇ ਆਮ ਆਦਮੀ ਪਾਰਟੀ ਦਾ ਚਾਲੂ ਚੱਕ ਕੇ ਪ੍ਰਚਾਰ ਕਰ ਰਹੇ ਨੇ ਪੰਜਾਬ ਦੇ ਵਿੱਚ ਕਿਸੇ ਦਾ ਧਿਆਨ ਨਹੀਂ ਹੈ ਸੋ ਇੱਕ ਵਾਰੀ ਇਸ ਮੀਟਿੰਗ ਨੇ ਜਿਸ ਮੀਟਿੰਗ ਦੇ ਵਿੱਚ ਕੋਈ ਸਹਿਮਤੀ ਨਹੀਂ ਬਣੀ ਜਿਸ ਮੀਟਿੰਗ ਦੇ ਵਿੱਚੋਂ ਕੁਝ ਨਿਕਲਣਾ ਵੀ ਨਹੀਂ ਸੀ ਇਹ ਪਹਿਲਾਂ ਹੀ ਤੈ ਹੋ ਚੁੱਕਾ ਸੀਗਾ ਉਹਦੇ ਵਿੱਚ ਆ ਕੇ ਭਗਵੰਤ ਮਾਨ ਜੀ ਨੇ ਇੱਕ ਵਾਰੀ ਪੰਜਾਬੀਆਂ ਨੂੰ ਦੱਸਤਾ ਕਿ ਨਹੀਂ ਉਹ ਪੰਜਾਬ ਚ ਹੀ ਨੇ ਔਰ ਕੰਮ ਕਰ ਰਹੇ ਨੇ ਔਰ ਤੁਹਾਡਾ ਧਿਆਨ ਪਰ ਕੱਲ ਇੱਕ ਵਧੀਆ ਡੇ ਸੀਗਾ ਇਹਦੇ ਵਿੱਚ ਪਤਾ ਲੱਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣਾ ਕੀ ਸਟੈਂਡ ਲਿਆ ਆਇਆ ਮੈਂ ਇੱਥੇ ਖਾਸ ਗੱਲ ਹਰਿਆਣਾ ਸਰਕਾਰ ਲਈ ਕਹਿਣਾ ਚਾਹੁੰਦੀ ਆ ਕਿ ਹਰਿਆਣਾ ਸਰਕਾਰ ਦਾ ਹਮੇਸ਼ਾ ਹੀ ਇੱਕ ਇਹ ਰਵੱਈਆ ਰਿਹਾ ਹੈ ਇੱਕ ਉਹਨਾਂ ਦਾ ਉਹਨਾਂ ਦੀ ਬਾਡੀ ਲੈਂਗੁਏਜ ਚ ਉਹਨਾਂ ਦੇ ਬਿਆਨਾਂ ਚੋਂ ਦਿਖਦਾ ਹੈ ਕਿ ਉਹ ਪੰਜਾਬ ਤੇ ਗਿਲਾ ਜਾ ਕਰਦੇ ਨੇ ਕਿ ਉਹਨਾਂ ਦਾ ਹੱਕ ਮਾਰਿਆ ਹੋਇਆ ਪੰਜਾਬ ਨੇ ਜੋ ਕਿ 1.9 ਐਮਐਫ ਪਾਣੀ ਹੈਗਾ ਆ ਪਰ ਕਦੀ ਵੀ ਹਰਿਆਣਾ ਸਰਕਾਰ ਨੇ ਕੋਈ ਥੈਂਕ ਯੂ ਕੋਈ ਧੰਨਵਾਦ ਪੰਜਾਬ ਦਾ ਪੰਜਾਬੀਆਂ ਦਾ ਪੰਜਾਬ ਸਰਕਾਰ ਦਾ ਨਹੀਂ ਕੀਤਾ ਕਿ ਉਹ 6 ਐਮਐਫ ਪਾਣੀ ਫ੍ਰੀ ਆਫ ਕੋਸਟ ਆਲਰੇਡੀ ਲੈ ਰਹੇ ਨੇ ਅਗਰ ਪੰਜਾਬ ਦੇ ਉੱਤੇ ਇਹ ਥੋਪਣਾ ਪੰਜਾਬ ਦੀ ਸਰਕਾਰਾਂ ਦੇ ਉੱਤੇ ਜਸਟ ਫॉर ਮੇਅਰ ਪੋਲਿਟਿਕਸ ਕਦੀ ਵੀ ਵੈਲਕਮਿੰਗ ਕੋਈ ਐਦਾਂ ਦਾ ਨਹੀਂ ਆਇਆ ਹੈਗਾ ਹਰਿਆਣਾ ਸਰਕਾਰ ਤੋਂ ਕੋਈ ਥੈਂਕ ਯੂ ਨੋਟ ਨਹੀਂ ਆਇਆ ਕਿ ਥੈਂਕ ਯੂ ਪੰਜਾਬ 6 ਐਮਐਫ ਪਾਣੀ ਦੇ ਰਿਹਾ ਸਿਰਫ ਔਰ ਸਿਰਫ 1.9 ਐਮਐਫ ਰੇਂਦਰ ਉਹਦਾ ਵੀ ਜਲਦੀ ਨਿਬੇੜ ਦੇਣਾ ਚਾਹੀਦਾ ਤੁਸੀਂ ਕਿੰਨੀਆਂ ਵੀ ਇੰਟਰਵਿਊਜ਼ ਪੁਰਾਣੀਆਂ ਤੋਂ ਪੁਰਾਣੀਆਂ ਜਾ ਕੇ ਹਰਿਆਣਾ ਸਰਕਾਰ ਦੇ ਵਿੱਚ ਇੰਪੋਰਟੈਂਟ ਬੰਦਿਆਂ ਦੀ ਇਨਕਲੂਡਿੰਗ ਚੀਫ ਮਿਨਿਸਟਰਸ ਚੈੱਕ ਕਰ ਲੋ ਕਿਤੇ ਵੀ ਪੰਜਾਬ ਦੇ ਲਈ ਇਹ ਚੀਜ਼ ਨਹੀਂ ਨਿਕਲਦੀ ਕਿ ਅਗਰ ਪੰਜਾਬ ਤੋਂ ਉਹ 6 ਐਮਐਫ ਪਾਣੀ ਨਾ ਆਉਂਦਾ ਤਾਂ ਫਿਰ ਕੀ ਬਣਦਾ ਬਹੁਤ ਇਦਾਂ ਦੀਆਂ ਚੀਜ਼ਾਂ ਨੇ ਯਮੁਨਾ ਨਦੀ ਦੇ ਉੱਤੇ ਵੀ ਇੱਕ ਇਹ ਚੀਜ਼ ਜਿਹੜੀ ਆ ਭਗਵੰਤਵਾਨ ਸੀਐਮ ਭਗਵੰਤਵਾਨ ਵੱਲੋਂ ਵੀ ਕਹੀ ਗਈ ਹੈ ਕਿ ਯਮੁਨਾ ਤੋਂ ਵੀ ਪੰਜਾਬ ਦਾ ਸ਼ਹਿਰ ਇਸ ਤਰ੍ਹਾਂ ਤਾਂ ਫਿਰ ਬਣਦਾ ਸੀ ਔਰ ਇਸ ਤਰ੍ਹਾਂ ਦੇ ਹੋਰ ਮਸਲੇ ਨੇ ਜਿਨ੍ਹਾਂ ਨੂੰ ਆਪਾਂ ਅਗਲੀਆਂ ਵੀਡੀਓਜ਼ ਦੇ ਵਿੱਚ ਲਵਾਂਗੇ ਪਰ ਇਸ ਵੀਡੀਓ ਨੂੰ ਖਤਮ ਕਰਨ ਲੱਗੇ ਮੈਂ ਇਹ ਦੱਸਣਾ ਚਾਹਾਂਗੀ ਕਿ ਹੁਣ ਅੱਗੇ ਕੀ ਹੋਏਗਾ ਇਸ ਮੀਟਿੰਗ ਤੋਂ ਬਾਅਦ ਅੱਗੇ ਹੀ ਹੋਊਗਾ ਕਿ ਸੁਪਰੀਮ ਕੋਰਟ ਦੇ ਵਿੱਚ ਜਨੂਅਰੀ 2023 ਦੇ ਵਿੱਚ ਤਰੀਕ ਹੈ ਔਰ ਉਸ ਤਰੀਕ ਤੱਕ ਜਿੰਨੀਆਂ ਵੀ ਡਿਵੈਲਪਮੈਂਟਸ ਦੋਨਾਂ ਚੀਫ ਮਿਨਿਸਟਰਸ ਦੀ ਮੀਟਿੰਗ ਜਿਹੜੀ ਅੱਜ ਹੋਈ ਆ ਇਹਦੇ ਵਿੱਚ ਹੋਈਆਂ ਨੇ ਉਹਦੀ ਇੱਕ ਰਿਪੋਰਟ ਬਣਾ ਕੇ ਸੁਪਰੀਮ ਕੋਰਟ ਚ ਜਾਏਗੀ ਔਰ ਹੋ ਸਕਦਾ ਅਗਰ ਆਪਾਂ ਐਂਟੀਸੀਪੇਟ ਕਰੀਏ ਕਿਉਂਕਿ ਸੁਪਰੀਮ ਕੋਰਟ ਨੇ ਬਹੁਤ ਐਮਫਸਾਈਜ਼ ਕੀਤਾ ਕਿ ਦੋਸਤਾਨਾ ਸਮਝੌਤਾ ਰੀਚ ਕਰੋ ਤਾਂ ਉਹਦੇ ਲਈ ਹੋ ਸਕਦਾ ਹੁਣ ਸੈਂਟਰਲ ਅਥਾਰਟिटीज ਖਾਸ ਤੌਰ ਤੇ ਜਲ ਸ਼ਕਤੀ ਮਿਨਿਸਟਰੀ ਦੇ ਵਿੱਚ ਅਥਾਰਟिटीज ਆਫੀਸਰਸ ਜਾਂ ਮਿਨਿਸਟਰ ਆਪ ਪੈ ਕੇ ਮੀਡੀਏਟ ਕਰਾਉਣ ਦੋਨਾਂ ਦੀ ਮੀਟਿੰਗ ਸੀਐਮ ਹਰਿਆਣਾ ਔਰ ਸੀਐਮ ਪੰਜਾਬ ਦੀ ਦੁਬਾਰਾ ਤੋਂ ਫਿਰ ਸੋ ਇਹ ਸਾਰਾ ਮਸਲਾ ਹੁਣ ਅੱਗੇ ਦਿਖਿਆ ਜਾਊਗਾ ਕਿ ਦੁਆਰਾ ਮੀਟਿੰਗ ਹੁੰਦੀ ਹੈ ਕਿ ਨਹੀਂ ਜਾਂ ਸਿੱਧਾ ਹੀ ਸੁਪਰੀਮ ਕੋਰਟ ਦੀ ਅਗਲੀ ਤਰੀਕ ਆਏਗੀ। ਜਾਬ ਦੇ دریਾਈ ਪਾਣੀਆਂ ਦੇ ਮਸਲੇ ਨਾਲ ਜੁੜੀਆਂ ਹੋਈਆਂ ਹੋਰ ਵੀ ਵੀਡੀਓਜ਼ ਲੈ ਕੇ ਮੈਂ ਤੁਹਾਡੇ ਲਈ ਹਾਜ਼ਰ ਹੋਵਾਂਗੀ ਔਰ ਨਾਲੇ ਸਮੇਂ ਦੇ ਵਿੱਚ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਚਾਹੀਦਾ ਕਿਉਂਕਿ ਤੁਹਾਨੂੰ ਅੱਗੇ ਤੋਂ ਪਤਾ ਲੱਗਦਾ ਰਹੇ ਜੋ ਡਿਵੈਲਪਮੈਂਟ ਇਹਦੇ ਵਿੱਚ ਹੁੰਦੀਆਂ ਨੇ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵੀਡੀਓਜ਼ ਨੂੰ ਇਨਫੋਰਮੇਟਿਵ ਬਣਾਵਾਂ ਤਾਂਕਿ ਤੁਹਾਨੂੰ ਮਸਲੇ ਦੀ ਗਹਿਰਾਈ ਦੇ ਵਿੱਚ ਜਾ ਕੇ ਇੱਕ ਨਾਨ ਪੋਲਿਟিক্যাল ਵੇ ਦੇ ਵਿੱਚ ਤੱਥਾਂ ਦੇ ਨਾਲ ਜਾਣਕਾਰੀ ਮਿਲ ਸਕੇ। Thank you so much for watching this video.